भाई गुरदास मॉडर्न सीनियर सैकेंडरी स्कूल लखनकला विखे मैनेजिंग डायरैक्टर सरदार बलबीर सिंह कहलों अते प्रिंसीपल मैडम बलजिंदर कौर दी रहनुमाई हेठ स्कूल मैनेजर कमेटी अते समूह स्टाफ के सहयोग नाल ग्रैंड पेरेंट्स डे मौके स्कूल विच एक विशेष प्रोग्राम करवाया गया, जिस विच स्कूल के विद्यार्थियों के दादा दादियां नूं विशेष तौर पर बुलाया गया अते उन्हां दा सन्मान किया गया। इस समागम दौरान संबोधन करते हुए प्रिंसीपल मैडम बलजिंदर कौर ने विद्यार्थियों नूं अपने दादा दादी अते माता पिता का आदर सन्मान करने लई प्रेरित किया अते दस्या कि स्कूल वालों किस प्रकार विद्यार्थियों का भविख उज्ज्वल बनाने लई विशेष उपराले किए जा रहे हैं।
ਗੁਰਕੀਰਤ ਸੌਰੀ ਉਹਦੇ ਦਾਦਾ ਜੀ ਆਏ, ਜ਼ਰੂਰ ਤਾੜੀ ਲਗਾਇਓ ਜੀ, ਬਹੁਤ ਸਮਝਦਾਰ ਅਤੇ ਸੂਝੇ ਹੋਏ ਬੰਦੇ ਨੇ ਸਤਵਿੰਦਰ ਸਿੰਘ ਜੀ, ਸਤਵਿੰਦਰ ਸਿੰਘ ਜੀ, ਗੁਰਕੀਰਤ ਸਿੰਘ ਦੇ ਦਾਦੂ ਸਤਵਿੰਦਰ ਸਿੰਘ ਜੀ, ਨਰਸਰੀ ਤੋਂ ਲੈ ਕੇ ਮੈਕਸੀਮਮ ਸਾਡੇ ਨਾਲ ਅਟੈਚ ਨੇ। ਵੈਰੀ ਗੁੱਡ ਜੀ, ਇੱਧਰੋਂ ਦੀ ਆਓ ਬੱਚੇ ਦਾਦੀ ਜੀ ਨੂੰ ਲੈ ਕੇ, ਬੜੇ ਪਿਆਰ ਨਾਲ ਦਾਦੀ ਨੂੰ ਲੈ ਕੇ ਆ ਰਿਹਾ, ਬਟ ਦਾਦੀ ਦਾ ਲਾਡਲਾ, ਤਾੜੀ ਲਗਾਓ ਜ਼ੋਰ ਨਾਲ। ਫੋਰਥ ਕਲਾਸ ਦੇ ਟੀਚਰ, ਚਾਰ ਬੱਚੇ ਦੇ ਨਾਲ, ਨਰਸਰੀ ਵਾਲੇ ਆ ਜਾਓ ਨਾਲ, ਨਰਸਰੀ ਵਿੱਚ ਬੱਚਾ, ਚਲੀਏ। ਜਦੋਂ ਦਾ ਸਕੂਲ ਖੁੱਲਿਆ, ਕਿਉਂਕਿ ਜਿਹੜੇ ਇਹਨਾਂ ਦੇ ਪਾਪਾ ਨੇ, ਇਹ ਬੱਚਿਆਂ ਦੇ ਪਾਪਾ ਵੀ ਮੇਰੇ ਕੋਲ ਹੀ ਪੜ੍ਹੇ ਨੇ, ਕਲਪਿੰਗ ਕਰੋ। ਆਈ ਐਮ ਪ੍ਰਾਊਡ ਆਫ ਦੈਟ ਸਟੂਡੈਂਟਸ ਕਿ ਲਾਗੇ ਚਾਗੇ ਦੇ ਸਕੂਲਾਂ ਨੂੰ ਕੰਪੇਅਰ ਕਰਨ ਤੋਂ ਬਾਅਦ ਵੀ ਬੱਚੇ ਮੇਰੇ ਕੋਲ ਆਏ। ਔਰ ਇਹਦੇ ਵਿੱਚ ਸਭ ਤੋਂ ਵੱਡੀ ਦੇਣ ਇਹਨਾਂ ਦੇ ਦਾਦਾ ਜੀ ਦੀ ਹੈ, ਦਾਦੀ ਜੀ ਦੀ ਹੈ। ਵੇਖੋ ਗੁਜੋੜੀ ਕਿੰਨੀ ਸੋਹਣੀ ਹੈ, ਤੇ ਜਵਾਨੀ ਚ ਕਿੰਨੇ ਸੋਹਣੇ ਹੋਣਗੇ ਜਿਹੜੇ ਅੱਜ ਹੀ ਇੰਨੇ ਜ਼ਿਆਦਾ ਸਟੇਜ ਦਾ ਸ਼ਿੰਗਾਰ ਬਣੇ ਹੋਏ ਆ। ਜ਼ੋਰਦਾਰ ਤਾੜੀਆਂ ਦੇ ਨਾਲ ਦਿਲਪ੍ਰੀਤ ਸਿੰਘ ਦੇ ਦਾਦਾ ਜੀ ਤੇ ਦਾਦੀ ਜੀ ਵਾਸਤੇ ਆਈਏ ਜੀ। ਵਿਆਜ ਪਿਆਰਾ, ਤੁਹਾਡੇ ਦਾਦਾ ਦਾਦੀ ਤੁਹਾਡੇ ਮਾਂ ਬਾਪ ਨਾਲੋਂ ਤੁਹਾਡਾ ਜ਼ਿਆਦਾ ਧਿਆਨ ਰੱਖਦੇ ਨੇ, ਪਤਾ ਤੁਹਾਨੂੰ? ਕਿਹੜੇ ਆਪਣੇ ਦਾਦਾ ਦਾਦੀ ਦਾ ਸਵੇਰੇ ਅੱਜ ਪੈਰੀ ਹੱਥ ਲਾ ਕੇ ਆਏ? ਚਲੋ ਜਿਹੜੇ ਸਵੇਰੇ ਆਉਣ ਲੱਗਿਆ ਅੱਜ ਆਪਣੇ ਦਾਦਾ ਦਾਦੀ ਕੋ ਆਸ਼ੀਰਵਾਦ ਲੈ ਕੇ ਆਏ, ਸ਼ਾਬਾਸ਼, ਕਲੈਪਿੰਗ ਕਰੋ ਇਹਨਾਂ ਬੱਚਿਆਂ ਦੀ। ਮੈਂ ਪੁੱਛਣਾ ਵੀ ਦਾਦਾ ਦਾਦੀ ਆ ਗਏ ਹੋਏ? ਮੈਂ ਅਸੀਂ ਬੁਲਾਇਆ ਉਹਨਾਂ ਨੂੰ ਕਿ ਸਕੂਲ ਚ ਆਓ, ਆਪਣੇ ਸਕੂਲ ਦੀ ਆਊਟਪੁੱਟ ਦਿਓ, ਔਰ ਅੱਜ ਉਹਨਾਂ ਦੀ ਇੰਟਰਵਿਊ ਹੈ ਕਿ ਉਹਨਾਂ ਨੂੰ ਸਕੂਲ ਕਿਵੇਂ ਦਾ ਲੱਗਦਾ, ਉਹਨਾਂ ਨੂੰ ਆਪਣੇ ਇੱਥੇ ਬੱਚੇ ਪੋਤਰੇ ਪੜ੍ਹਾ ਕੇ ਕਿਵੇਂ ਦਾ ਲੱਗਦਾ, ਅੱਜ ਉਹਨਾਂ ਨੂੰ ਪੁੱਛਣਾ ਸੀ। ਠੀਕ ਹੈ ਜੀ, ਮੈਡਮ ਉਹਨਾਂ ਦੇ ਨਾਮ ਲੈਣ ਗਏ ਆ, ਜਿਹੜੇ ਜਿਹੜੇ ਵੀ ਗ੍ਰੈਂਡ ਪੇਰੈਂਟਸ ਸਾਰੇ ਦੇ ਨਾਲ ਹੀ ਹੁਣ ਸਟੇਜ ਤੇ ਆਪਾਂ ਉਹਨਾਂ ਨੂੰ ਦਿਖਾਵਾਂਗੇ, ਤੁਹਾਨੂੰ ਮਿਲਾਵਾਂਗੇ, ਨਾਲ ਉਹਨਾਂ ਨੂੰ ਸਨਮਾਨਿਤ ਕਰਾਂਗੇ, ਨਾਲ ਤੁਸੀਂ ਫੋਟੋ ਕਰਵਾਓਗੇ ਆਪਣੀ। ਧਿਆਨ ਰੱਖੋ ਇਸ ਚੀਜ਼ ਦੀ, ਰਿਸਪੈਕਟ ਯੂਅਰ ਗ੍ਰੈਂਡ ਪੇਰੈਂਟਸ, ਕਿਉਂਕਿ ਉਹ ਤੁਹਾਡੇ ਪੇਰੈਂਟਸ ਦੇ ਪੇਰੈਂਟਸ ਨੇ। ਕੌਣ ਨੇ ਉਹ? ਤੁਹਾਡੇ ਪੇਰੈਂਟਸ ਦੇ ਪੇਰੈਂਟਸ ਨੇ, ਤੁਹਾਡੇ ਮਾਤਾ ਪਿਤਾ ਦੇ ਮਾਤਾ ਪਿਤਾ ਨੇ, ਤੇ ਫਿਰ ਮਾਤਾ ਪਿਤਾ ਨਾਲੋਂ ਜ਼ਿਆਦਾ ਪੂਜਨੀ ਹੋ ਗਏ, ਰਾਈਟ? ਅੱਛਾ, ਜਿਹੜੇ ਆਪਣੇ ਦਾਦਾ ਜੀ ਨਾਲ ਡਿਸ਼ੁਮ ਡਿਸ਼ੁਮ ਕਰਦੇ ਨੇ, ਉਹ ਵੀ ਤਾਂ ਹੱਥ ਖੜੇ ਕੋ, ਸੱਚ ਬੋਲਿਓ। ਡਿਸ਼ੁਮ ਡਿਸ਼ੁਮ ਜਿਹੜੇ ਦਾਦਾ ਜੀ ਨੂੰ ਮੁੱਖੀਆਂ ਮਾਰਦੇ ਨੇ, ਸ਼ਾਬਾਸ਼, ਇੱਕ ਬੱਚੇ ਨੇ ਖੜਾ ਕੀਤਾ ਸੀ ਹੱਥ, ਮਾਰਦੇ ਆ ਜਾਓ ਜੋਬਨ, ਆ ਜਾਓ ਆ ਜਾਓ ਮੇਰਾ ਪੁੱਤੂ, ਸ਼ਾਬਾਸ਼, ਸੱਚ ਤੇ ਬੋਲਿਆ, ਫਿਰ ਕੀ ਹੋ ਗਿਆ? ਸਪੈਸ਼ਲ ਪ੍ਰਾਈਜ਼ ਇਸ ਬੱਚੇ ਲਈ, ਸਪੈਸ਼ਲ ਇਨਾਮ ਇਸ ਬੱਚੇ ਲਈ ਸੱਚ ਬੋਲਣ ਲਈ, ਕਿਉਂਕਿ ਅੱਜ ਹੀ ਮਾਰਦਾ ਹੈ, ਅੱਗੇ ਤੋਂ ਨਹੀਂ ਮਾਰੇਗਾ, ਜੋ ਸਿੱਖਿਆ ਨੂੰ ਉੱਥੇ ਮਿਲ ਜਾਣੀ। ਦਾਦਾ ਜੀ ਨਾਲ ਲੜਾਈ ਕਰ ਦਿਓ, ਲਾਡ ਨਾ ਕਰ ਦਿਓ ਕਿ ਗੁੱਸੇ ਨਾ ਕਰ ਦਿਓ, ਡਰ ਗਿਆ ਮੈਂ ਪੈਸੇ ਦੇਣੀ ਬੇਟੇ, ਆ ਲਓ ਇਨਾਮ। ਕਾਹਦਾ ਇਨਾਮ ਮਿਲਿਆ ਤੁਹਾਨੂੰ ਦਾਦਾ ਜੀ ਨਾਲ ਲੜਾਈ ਕਰਨ ਦਾ? ਕਾਹਦਾ ਮਿਲਿਆ ਤੁਹਾਨੂੰ? ਕਾਹਦਾ ਲੜਾਈ ਕਰਨ ਦੇ ਇਨਾਮ ਮਿਲਦੇ ਆ ਤੁਹਾਨੂੰ? ਮੈਂ ਕਾਹਦਾ ਇਨਾਮ ਦਿੱਤਾ, ਲੜਾਈ ਕਰਨ ਦਾ ਕਿ ਸੱਚ ਬੋਲਣ ਦਾ? ਸੱਚ ਬੋਲੋ, ਕੋਈ ਕੁਛ ਨਹੀਂ ਕਹਿੰਦਾ, ਮੈਂ ਇਹਨੂੰ ਦਾਦਾ ਜੀ ਨਾਲ, ਦਾਦਾ ਜੀ ਨਾਲ ਲਾਡ ਨਾ ਲੜਦਾ, ਲੜਨਾ ਦਾਦਾ ਜੀ ਦਾ ਲਾਡਲਾ ਬੱਚਾ, ਦਾਦਾ ਜੀ ਖੁਦ ਵੀ ਡਿਸ਼ੁਮ ਡਿਸ਼ੁਮ ਕਰਦੇ ਹੋਣਗੇ ਤਾਂ ਹੀ ਉਹ ਡਿਸ਼ੁਮ ਡਿਸ਼ੁਮ ਕਰਦਾ, ਰਾਈਟ? ਇਹ ਲਾਡਲਾ ਹੈ, ਲੇਕਿਨ ਬੱਚੋ ਨਹੀਂ, ਦੁੱਖ ਹੁੰਦਾ ਉਹਨਾਂ ਨੂੰ ਜਦੋਂ ਤੁਸੀਂ ਉਹਨਾਂ ਨੂੰ ਲਾਡ ਨਾ ਵੀ ਮਾਰੋ, ਕਿਉਂਕਿ ਤੁਸੀਂ ਬੜੇ ਨਾਜ਼ੁਕ ਪਰਸਨ ਹੋ ਜਾਂਦੇ ਹੋ ਜਦੋਂ ਤੁਹਾਡਾ ਬਚਪਨ ਤੇ ਉਹਨਾਂ ਦਾ ਬੁਢਾਪਾ ਬਿਲਕੁਲ ਬਰਾਬਰ ਹੈ, ਤੁਹਾਡਾ ਬਚਪਨ ਤੇ ਉਹਨਾਂ ਦਾ ਬੁਢਾਪਾ ਬਰਾਬਰ ਹੈ, ਉਹਨਾਂ ਦੀ ਰਿਸਪੈਕਟ ਕਰੋ, ਉਹਨਾਂ ਨੂੰ ਮਾਰੋ। ਪ੍ਰੋਮਿਸ ਕਿ ਅੱਜ ਤੋਂ ਬਾਅਦ ਕਦੀ ਦਾਦਾ ਜੀ ਨਾਲ ਲੜੋਗੇ ਨਹੀਂ, ਸਾਰੇ ਬੱਚੇ ਵਾਅਦਾ ਕਰੋ, ਕਦੀ ਕੋਈ ਬੱਚਾ ਦਾਦਾ ਦਾਦੀ ਦੇ ਨਾਲ ਲੜਾਈ, ਸਵੇਰੇ ਆਉਣ ਤੋਂ ਪਹਿਲਾਂ ਪੈਰੀ ਹੱਥ ਲਗਾ ਕੇ, ਸਕੂਲ ਆਉਣ ਤੋਂ ਪਹਿਲਾਂ ਪੈਰੀ ਹੱਥ ਲਗਾ ਕੇ ਆਉਣਗੇ, ਬਾਏ ਬਾਏ ਕਰਕੇ ਆਉਣਗੇ, ਸਤਿ ਸ਼੍ਰੀ ਅਕਾਲ ਬੁਲਾ ਕੇ ਆਉਣਗੇ, ਆਸ਼ੀਰਵਾਦ ਲੈ ਕੇ ਆਉਣਗੇ। ਜਿਹੜੇ ਬੱਚੇ ਇਸ ਤਰ੍ਹਾਂ ਕਰਨਗੇ ਹੱਥ ਖੜੇ ਕਰੋ, ਤੇ ਵੱਡਿਆਂ ਨੂੰ ਤਾਂ ਸ਼ਰਮ ਆ ਜਾਣੀ ਆ ਕਿ ਅਸੀਂ ਹੁਣ ਹੱਥ ਕਿੱਦਾਂ ਲਾਈਏ, ਰੋਜ਼ ਪੈਰੀ ਹੱਥ ਲਾ ਕੇ ਆਉਣਾ। ਜਿਨ੍ਹਾਂ ਨੇ ਹੱਥ ਨਹੀਂ ਖੜੇ ਕੀਤੇ, ਆ ਬੱਚੇ ਦੇਖੋ, ਹੈਡ ਬੋਆਇਜ਼ ਹੈਡ ਗਰਲਸ, ਨਾਮ ਨੋਟ ਕਰੋ, ਏਦਾਂ ਬਾਵਾ ਉੱਪਰ ਕਰੋ ਹੱਥ ਖੜੇ, ਸੀਬੀਐਸਈ ਵਾਲੇ ਤੁਹਾਡੇ ਸੰਸਕਾਰ ਜ਼ੀਰੋ ਨੇ, ਸੀਬੀਐਸਈ ਵਾਲੇ ਬੱਚਿਓ। ਫਿਰ ਮੈਂ ਸੀਬੀਐਸਈ ਤੇ ਆ ਗਈ, ਜਦੋਂ ਅਸੀਂ ਆਪਣੀਆਂ ਧੀਆਂ ਨੂੰ ਪੜ੍ਹਾਉਂਦੇ ਹਾਂ ਨਾ, ਤੇ ਅਸੀਂ ਕਹਿੰਦੇ ਸਾਡੀਆਂ ਧੀਆਂ ਸਿਰ ਤੇ ਚੁੰਨੀਆਂ ਲੈ ਲੈਣ, ਸੀਬੀਐਸਈ ਵਾਲੇ ਨੇ ਸਾਡੀਆਂ ਧੀਆਂ ਦੀਆਂ ਚੁੰਨੀਆਂ ਲਵਾਤੀਆਂ, ਸਿਰਾਂ ਤੋਂ ਕੱਪੜੇ ਲਵਾਤੇ, ਨੀਚੇ ਕਰ ਲਓ। ਇਹ ਮਾਇੰਡ ਕਰਨ ਵਾਲੀ ਗੱਲ ਨਹੀਂ ਹੈ, ਬੜੇ ਸਕੂਲ ਮਾਇੰਡ ਕਰਦੇ, ਕਰੀ ਜਾਣ, ਮੈਨੂੰ ਫਰਕ ਨਹੀਂ ਪੈਂਦਾ। ਜਦੋਂ ਨੂੰਹ ਲੱਭਣੇ ਆ ਉਦੋਂ ਵੀ ਅਸੀਂ ਕਹਿੰਦੇ ਹਾਂ ਜੀ ਨੂੰਹ ਸਿਰ ਤੇ ਚੁੰਨੀ ਲੈਣ ਵਾਲੀ ਹੋਣੀ ਚਾਹੀਦੀ ਹੈ, ਪਰ ਆਪਣੀਆਂ ਧੀਆਂ ਨੂੰ ਕੋਈ ਚੁੰਨੀਆਂ ਲਾਉਣ ਵਾਲੇ ਸਕੂਲਾਂ 'ਚ ਪਾਇਆ ਜੇ?
अपने नौहों क्यों उन्होंने स्कूलों भेज रहे हो जिथे स्कूल के जाते हो पहले कपड़े लवाए जाते हैं, कपड़े बदल पेंट पा फिर क्लास जाई। कितने साडा जमाना, कितने साडा कल्चर, तुहाडे एरिए च है, तुहाडे घरां तों लागो चागो तुहाडे पिंडां तों कुड़ियां जा रही ओह जिहे स्कूलों च टीचिंग कराने वास्ते जिथे अध्यापक स्कूल एंटर करन तों पहलां साडियां सोहणियां सुनखियां पंजाब दियां मुटियारां नूं सूट लवा के पेंटा पवा के कमीजा पा के क्लासरूम च भेजा जांदा जी, पेंटा पा के पढ़ाओ। कितने तुहाडी बुद्धि उस समय, कितने तुहाडी पंजाब दी संस्कृति उस समय, तुहाडे पेरेंट्स दी, तुहाडे आले दुआले दे लोकां दी। मत मारी गई है, दिल्ली के कब्जे च आ चुके हैं और साडे पूर्वजां ने सानू दिल्ली तो मुक्त कराने वास्ते इन्नियां कुर्बानियां देतियां, असीं फिर दिल्ली बोर्ड के थले सिर दे दिता जाके अपना बोर्ड माड़ा ते दिल्ली बोर्ड चंगा केड़े पासों चंगा भी? कोई एक एरिया दस दो, कोई एक चीज दस दो कि दिल्ली बोर्ड बहुत वधिया। जदों बोर्ड ने नतीजे देने दे टाइम से आंदा उदों तो स्कूल खाली हो गए, उदों तो छड़ के दौड़ आंदे बच्चे उन्हां नूं, ते थल्ले क्यों अपने सिर मना रहे हो? पता तुसी सीनियर हो के उत्थे नहीं टिकना, तुहाडे मां बाप नूं भी पता है कि असीं चेंज करन की लैण जा रहे हो उत्थे, अपना संस्कृति अपना सभ्याचार बिगाड़न वास्ते। अपने पेरेंट्स की, अपने मां बाप की, अपने ब्रदर सिस्टर की, अपने वड्डे वडेरियां की पूजा करो, रिस्पैक्ट करो, आशीर्वाद लो, जिन्हें भी आशीर्वाद अपनी जिंदगी कलैक्ट कर सकते जो उन्होंने कलैक्ट करके अपने को रखो। थैंक यू।